ਥਿਊਰੀ ਲੜਾਈ। ਸੋ ਗਾਈਸ ਅੱਜ ਮੈਂ ਇੱਕ ਅਨੋਖੀ ਚੀਜ਼ ਕਰਨ ਲੱਗਾ ਵਾਂ, ਉਸ ਦੇ ਵਿੱਚ ਲੋਕਾਂ ਦੇ ਲਾਈਕ ਵੀ ਬਹੁਤ ਆਉਂਦੇ ਆ। ਤੁਹਾਨੂੰ ਸਾਰਿਆਂ ਨੂੰ ਰਾਮ ਜੀ ਦੀ ਕਸਮ, ਵੀਡੀਓ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ। ਵੈਲਕਮ ਬੈਕ ਟੂ ਅਵਰ ਚੈਨਲ, ਆਈ ਹੋਪ ਤੁਸੀਂ ਬਹੁਤ ਵਧੀਆ ਹੋਗੇ ਜੀ। ਮੈਂ ਬਹੁਤ ਵਧੀਆ ਤੁਹਾਡੇ ਪਿਆਰੇ ਤੁਹਾਡੇ ਦੋਸਤ ਨਾਲ। ਸੋ ਸੱਜਣ ਪਿਆਰੇ, ਇੱਥੇ ਹੋ ਰਹੀ ਲੜਾਈ, ਕੰਮ ਕਰਨਾ ਹੈ ਜਾਂ ਨਹੀਂ ਕਰਨਾ। ਕੌਣ ਸੇ ਭਈਆ ਬੋਲੇ ਥੇ, ਸਾਰੇ ਤਾਂ ਸੋ ਰਹੇ ਥੇ ਬਾਹਰ, ਤੋਂ ਮੇਰੀ ਬਹੂ ਬੈਠੀ ਹੋਈ ਥੀ। ਤੂਨੇ ਬੋਲਾ ਕਿ 12 ਵਜੇ ਕੇ ਬਾਅਦ ਆਉਂਗੀ, ਤੂੰ ਉਸਕੇ ਬਾਅਦ ਆਈ। ਭਈਏ ਤੇ ਲੜਾਈ ਹੋ ਰਹੀ, ਬੜੀ ਗਮਾ ਸੋਣ, ਇਹ ਕਾਤੋਂ ਹੋ ਰਹੀ ਹੈ ਭਾਈ? ਉਹ ਕੰਮ ਤੇ ਗੱਲ ਕਰਕੇ ਗਈ ਸੀ। ਅੱਛਾ, ਉਹ ਬਾਹਰ ਇਧਰੋਂ ਤੁਰ ਕੇ ਜਾ ਰਹੀ। ਮੈਂ ਉਹਨੂੰ ਕਿਹਾ ਸੀ, ਮੈਂ ਕਿਹਾ ਕੰਮ ਨਹੀਂ ਕਰਨਾ। ਹਾਂ, ਤੇ ਕਹਿੰਦੀ ਮੈਂ ਨਾ ਅਭੀ ਦੂਸਰੇ ਘਰ ਜਾ ਰਹੀ ਹੂੰ। ਮੈਂ ਕਿਹਾ ਵੀ ਕਿੰਨਾ ਟਾਈਮ ਲੱਗੇਗਾ? ਹਾਂ, ਕਹਿੰਦੀ ਇਧਰ ਮੈਂ ਬਤਾ ਕੇ ਉਧਰ ਕਰਕੇ ਆਉਂਗੇ। ਮੈਂ ਕਿਹਾ 12 ਵਜੇ ਤੱਕ ਆ ਜਾਓਗੇ? ਕਹਿੰਦੀ ਹਾਂ ਆ ਜਾਓ। ਟਾਈਮ ਤੁਸੀਂ ਦੇਖ ਸਕਦੇ ਹੋ ਗਾਇਸ, 2:30 ਵਜ ਗਏ। ਮੇਰੀ ਬਾਤ ਕਰੇਗੀ ਕੱਲ ਸੇ ਕਭੀ ਬੋਲਦੀ 12 ਵਜੇ ਕੇ ਬਾਅਦ ਆਉਂਗੀ। ਟਾਈਮ ਤਾਂ ਸੁਬਹ ਮੁਝੇ 10 ਵਜੇ ਤੋਂ ਯਹਾਂ ਪੇ ਚਾਹੀਏ, ਆ ਜਾਏਗੀ? ਅਗਰ ਤੂੰ 10 ਵਜੇ ਨਹੀਂ ਆਈ ਹੈ, ਦੁਬਾਰਾ ਮੇਰੇ ਘਰ ਮਤ ਆਈਓ ਫਿਰ ਕੰਮ ਕੇ ਲਈ। ਹਾਂਜੀ, ਹੁਣ ਤੁਸੀਂ 6 ਮਿੰਟ ਮੈਨੂੰ ਫੋਨ ਤੇ ਰੱਖਿਆ, ਇੱਕ ਪਾਸੇ ਉਹਦੀ ਮਾਂ, ਇੱਕ ਪਾਸੇ ਨੂੰ, ਇੱਕ ਪਾਸੇ ਨਿਆਣੇ, ਇੱਕ ਪਾਸੇ ਹੈ ਝੂਠੀਆਂ। ਕਹਿੰਦੀ ਮੈਂ ਕਿਧਰ ਗਈ ਸੀ? ਉਹ ਬੋਲੇ ਆ ਵੀ ਕੰਮ ਕਰ ਲਈ, ਆ ਵੀ ਮਤਾਓ, ਬਾਅਦ ਮੈਂ ਕੰਮ ਕਰਨਾ। ਕਦੋਂ ਆਖਿਆ? ਤੁਸੀਂ ਤਾਂ ਉੱਠੇ ਤਾਂ ਨਹੀਂ, ਕੋਈ ਵੀ ਨਹੀਂ ਉੱਠੇ ਦਾ ਹੈਗਾ। ਭਈਆ ਕਿਤੋਂ? ਭਈਆ ਸੁੱਤੇ ਦਾ ਹੈਗਾ? ਨਹੀਂ, ਹਮ ਦੋਨੋਂ ਉੱਠੇ, ਮੁਕੇਸ਼ ਭਈਆ ਆਏ ਥੇ। ਅੱਛਾ, ਨਹੀਂ ਮੁਕੇਸ਼ ਭਾਈ ਨਾ ਹੋਣੇ ਮੇਰੀ ਗੱਲ ਹੋਈ। ਕਹਿੰਦੇ ਮੈਂ ਕਿਹਾ ਸੀਗਾ, ਬਟ ਉਹ ਕਹਿੰਦੀ ਮੈਂ ਬਾਅਦ ਚ ਆਵਾਂਗੀ 12 ਵਜੇ ਤੱਕ, ਤੇ ਇਸ ਟਾਈਮ ਵਜੇ 2:30। ਕੋਈ ਗੱਲ ਨਹੀਂ ਯਾਰ, ਇਨਸਾਫ ਮਿਲਣਾ ਚਾਹੀਦਾ। ਮੰਮੀ ਕੰਮ ਵਾਲੀ ਵਿੱਚ ਇੰਨਾ ਕਾਤੋਂ ਬੈਂਸ ਦੇ ਵਿੱਚ ਕਿਉਂ? ਕੰਟੈਂਟ ਲੈਣ ਮੇਰੇ ਗੱਲਾਂ ਤੇ ਯਾਰ, ਇਹ ਕੀ ਤੁਸੀਂ ਮੈਨੂੰ ਕੱਲ ਗਿਆ ਸੀ ਤਰਪਾਈ ਕਰਨ ਨੂੰ? ਜੇਦਾ ਤਰਪਾਈ ਨੂੰ ਵੀ ਇੱਕ ਦਿਨ ਲੱਗਦਾ? ਭਾਈ ਮੈਂ ਯਾਰ ਇੱਦਾਂ ਥੋੜੀ ਨਾ ਹੁੰਦਾ, ਮੈਂ ਗਰਮੀ ਥੋੜੀ ਸ਼ਨੀਲ ਦਾ ਸੂਟ ਪਾਣੇ ਆ। ਸੋ ਗਾਈਸ, ਮੰਮੀ ਦੀ ਗੁਫ਼ਤਗੂ ਨਹੀਂ ਹੋਣੀ ਖਤਮ, ਕਿਉਂਕਿ ਮੰਮੀ ਨੇ ਕਦੀ ਕੰਮ ਵਾਲੀ ਨਾ ਬੈਂਸ, ਨਾ ਕਦੀ ਟੇਲਰ ਨਾ ਬੈਂਸ, ਨਾ ਕਵੀ ਕਵੀ ਕਿਸੇ ਨਾ ਕਵੀ ਕਿਸੇ ਨਾ। ਸੋ ਫਿਲਹਾਲ ਇੱਥੇ ਸਫਾਈ ਹੋ ਚੁੱਕੀ ਹੈ, ਮੇਰੇ ਸੱਜਣ ਵੀ ਆ ਰਹੇ, ਮੁਕੇਸ਼ ਭਾਈ ਪ੍ਰੋਪਰ ਤਿਆਰ ਬਰ ਤਿਆਰ ਲੱਗੇ ਹੋਏ ਆ। ਤੇ ਇੱਧਰ ਮੇਰਾ ਬੈਡਰੂਮ ਵੀ ਸਾਫ਼ ਹੋ ਚੁੱਕਾ ਵਾ, ਤੇ ਇਹ ਰਿਹਾ ਮੰਮੀ ਦਾ ਫੋਨ, ਜਿਸ ਦੇ ਵਿੱਚ ਹੁਣੇ ਮੈਂ ਕਰਾਂਗਾ ਵਲੋਗ ਐਡਿਟ, ਕਿਉਂਕਿ ਵਲੋਗ ਉਹ ਵਾਲਾ ਆਉਣਾ ਵਾ ਸ਼ਾਮੀ 5 ਵਜੇ, ਤੇ ਮੇਰਾ ਇਹ ਵਾਲਾ ਵਲੋਗ ਆਉਣਾ ਵਾ ਸ਼ਾਮੀ 6 ਵਜੇ। ਫਿਲਹਾਲ ਇਸ ਵੀਡੀਓ ਦੇ ਵਿੱਚ ਮੈਨੂੰ ਨਹੀਂ ਪਤਾ ਕੀ ਪੋਸਟ ਕਰਨ ਲੱਗਾ ਪਰ ਮੈਂ ਕੀ ਨਹੀਂ, ਪਰ ਤੁਹਾਡੇ ਸਾਰੇ ਦੇ ਪਿਆਰ ਨੇ ਮੈਨੂੰ ਇੰਨਾ ਕੁ ਜ਼ਿਆਦਾ ਮੋਟੀਵੇਟ ਕਰਤਾ ਨਾ ਕਿ ਹੱਦਾਂ ਪਾਰ ਹੋ ਚੁੱਕੀ ਆ, ਮੈਂ ਕਦੀ ਸੋਚਿਆ ਨਹੀਂ ਸੀਗਾ। ਫਿਲਹਾਲ ਟਾਈਮ 2:30 ਵੱਜ ਰਿਹਾ, ਤੇ ਅੰਸ਼ੂ ਨਾਨੀ ਮੰਮਾ ਗਏ ਹੋਏ ਆ ਲੱਡੂ ਦੀ ਦਵਾਈ ਲੈਣ, ਪਲੱਸ ਉਹ ਗਏ ਹੋਏ ਆ ਮੰਜਾ ਲੈਣ, ਮੰਜਾ ਪਾਵੇ ਵਾਲਾ, ਜਿੱਦਾਂ ਲਾਈਕ ਬੇਬੀ ਹੋਣ ਤੋਂ ਬਾਅਦ ਨੀਚੇ ਹੀਟ ਵੀ ਰੱਖਦੇ ਨਾ ਉਹਦੇ, ਇਸ ਦੇ ਬਾਰੇ ਮੈਨੂੰ ਨੌਲੇਜ ਨਹੀਂ ਹੈਗੀ, ਨਾ ਮੈਨੂੰ ਗੱਲ ਕਰਨ ਦਾ ਪਤਾ ਲੱਗਣਾ। ਸੋ ਮੈਂ ਮੰਮੀ ਕੋਈ ਤੁਹਾਨੂੰ ਬਾਅਦ ਚ ਡਿਸਕਸ ਕਰਾਵਾਂਗਾ। ਫਿਲਹਾਲ ਸਾਫ਼ ਸਫਾਈ ਹੋ ਚੁੱਕੀ ਆ, ਆਪਾਂ ਸਾਰੇ ਘਰ ਬੈਠੇ ਹੋਏ ਆ, ਤੇ ਨਾਸ਼ਤਾ ਪਾਣੀ ਵੀ ਹੋ ਗਿਆ ਵਾ, ਤੇ ਹੁਣ ਵੀਡੀਓਜ਼ ਬਣਾਉਣੀਆਂ ਰਹਿੰਦੀਆਂ ਸੀ। ਤੇ ਮੰਮੀ ਦਾ ਇੱਕ ਵਲੋਗ ਮੈਂ ਹੁਣ 9 ਵਜੇ ਪਾਇਆ ਸੀਗਾ, ਇੱਕ ਮੈਂ ਹੁਣ ਪਾਇਆ ਵਾ 2 ਵਜੇ, ਤੇ ਹੁਣ ਇੱਕ ਮੰਮੀ ਦਾ 5 ਵਜੇ ਆਉਣਾ ਵਾ। ਰਾਈਟ, ਸੋ ਮੰਮੀ ਦੇ ਵੀ ਮੈਂ 3 ਵਲੋਗ ਦੀ ਜ਼ਿੰਮੇਵਾਰੀ ਚੱਕੀ ਹੈ, ਬਾਕੀ ਆਈ ਹੋਪ ਮੈਂ ਕਰ ਸਕਾਂ ਵੀ ਡਿਊਟੀ। ਬਾਕੀ ਹੁਣ ਸੋਨਾ ਵੀ ਆ ਗਈ ਹੈ, ਅੰਸ਼ੂ ਵੀ ਮੇਰੀ ਹੈਲਪ ਕਰਦਾ ਵਾ, ਵਿਸ਼ੂ ਵੀ ਹੈਲਪ ਕਰਦਾ ਵਾ। ਸੋ ਨਾਲ ਮਤਲਬ ਹੁਣ ਦੇਖੋ ਯਾਰ, ਜਿਹੜੇ ਵੀ ਵੱਡੇ ਵੱਡੇ ਯੂਟਿਊਬਰ ਆ ਨਾ, ਉਹ ਵੀ ਟੀਮ ਲੈਂਦੇ ਆ, ਆਪਣੀ ਟੀਮ ਤੋਂ ਬਾਅਦ ਉਹ ਅੱਗੇ ਵੱਧ ਸਕਦੇ, ਜ਼ਿਆਦਾ ਅੱਗੇ ਜ਼ਿਆਦਾ ਸਕਸੈਸ ਨੂੰ ਹੱਥ ਪਾ ਸਕਦੇ। ਸਾਡੇ ਦੇ ਘਰ ਦੇ ਵਿੱਚ ਇੰਨੀ ਜੀ ਆ, ਆਪਾਂ ਇੱਕ ਦੂਜੇ ਦੀ ਹੈਲਪ ਕਰਕੇ ਆਰਾਮ ਨਾਲ ਅੱਗੇ ਵੱਧ ਸਕਦੇ ਆ। ਸੋ
ਮੈਂ ਇਸ ਚੀਜ਼ ਨੂੰ ਪੂਰੀ ਪੂਰੀ ਉਮੀਦਾਂ ਵਾ 3-4 ਵਲੋਗ ਦੀ ਡੇਲੀ, ਬਟ ਤੁਹਾਡੇ ਸਾਰੇ ਦੇ ਪਿਆਰ ਤੋਂ ਬਿਨਾਂ ਕੁਛ ਨਹੀਂ ਹੈਗਾ। ਤੇ ਤੁਸੀਂ ਸਾਰੇ ਬਸ ਆਪਣਾ ਪਿਆਰ ਦਿਓ ਜ਼ਿਆਦਾ ਤੋਂ ਜ਼ਿਆਦਾ, ਵੀਡੀਓ ਨੂੰ ਲਾਈਕ ਕਰਿਆ ਕਰੋ, ਕਮੈਂਟ ਕਰਿਆ ਕਰੋ, ਸ਼ੇਅਰ ਕਰ ਦਿਆ ਕਰੋ ਯਾਰ ਆਪਣੀ ਫੈਮਿਲੀ ਦੇ ਵਿੱਚ, ਆਪਣੇ ਫਰੈਂਡਸ ਦੇ ਵਿੱਚ, ਜਿੰਨਾ ਪਵੇ ਥੋੜ੍ਹਾ ਜਿਹਾ ਜ਼ਿਆਦਾ ਮੋਟੀਵੇਟ ਹੋ ਜਾਈਏ। ਬਾਕੀ ਕੋਈ ਚੱਕਰ ਨਹੀਂ ਹੈਗਾ, ਹੁਣ ਮੈਂ ਪਹਿਲਾਂ ਮੰਮੀ ਦਾ ਵਲੋਗ ਐਡਿਟ ਕਰ ਲਾਂ, ਪਰ ਉਸ ਤੋਂ ਪਹਿਲਾਂ ਮੈਂ ਪਾਵੇ ਵਾਲਾ ਮੰਜਾ, ਕਿਹੜਾ ਮੰਜਾ, ਉਹਦੀ ਗੱਲ ਕਰਵਾ ਦਿੰਦਾ ਮੈਂ। ਪਾਵੇ ਵਾਲੇ ਮੰਜੇ ਦਾ ਕੀ ਕਰਨ ਗਿਆ ਅੰਸ਼ੂ? ਉਹ ਤਾਂ ਠੀਕ ਹੈ ਪਰ ਲੋਡ ਅੰਸ਼ੂ ਤਾਂ ਠੀਕ ਹੈ, ਪਰ ਉਹ ਦੱਸੋ ਤਾਂ ਸਹੀ ਮੰਜਾ ਕਾਹਦੇ ਲਈ ਹੁੰਦਾ ਸੀ? ਜਦੋਂ ਬੇਬੀ ਹੁੰਦਾ ਆ ਲੋਕੀ ਬੈਡਾਂ ਤੇ ਨੀ ਪਾਉਂਦੇ, ਉਹ ਬਾਣ ਦਾ ਮੰਜਾ ਉੱਤੇ ਉਹਦਾ ਸਾਰਾ ਬਿਸਤਰ ਗਰਮ ਪਾਣਾ, ਇਹ ਥੱਲੇ ਸੇਕ ਵਗੈਰਾ ਬੇਟੇ ਬੱਚੇ ਨੂੰ ਮਤਲਬ ਚਾਰਪਾਈ ਦੇ ਨੀਚੇ ਸੇਕ ਦਿੰਦੇ ਆ ਵਿੱਚ ਅਜਵਾਇਨ ਵਗੈਰਾ ਪਾ ਕੇ, ਮਤਲਬ ਜੋ ਜੋ ਕੁਛ ਕਰਨਾ ਹੁੰਦਾ ਨਾ ਉੱਤੇ, ਉਹ ਇਹ ਬੈਡ ਤੇ ਨਹੀਂ ਹੋ ਸਕਦਾ। ਓਕੇ, ਕਿਉਂਕਿ ਇਹ ਬੈਡ ਸਾਰੇ ਪਾਸੋਂ ਤਾਂ ਬੰਦ ਆ। ਠੀਕ ਹੈ, ਤੇ ਬਾਹਰ ਸਾਰੇ ਕਮਰੇ ਦੀ ਪੂਰੇ ਘਰ ਦੀ ਸਫਾਈ ਹੋ ਗਈ, ਤੁਸੀਂ ਗੰਦ ਦੇ ਵਿੱਚ ਕਿਉਂ ਬੈਠੇ ਹੋਏ ਹੋ? ਕਿਉਂਕਿ ਆਪਾਂ ਗੰਦੇ ਲੋਕ। ਓਕੇ ਗਾਇਸ, ਸੋ ਗਾਇਸ ਗੰਦੇ ਲੋਕਾਂ ਨੂੰ ਮੈਂ ਅਲਵਿਦਾ ਕਰਦਾ ਵਾਂ, ਤੇ ਮੈਂ ਬਲੋਗ ਨਹਾਵਾਂਗੀ। ਗਾਇਸ ਮੇਰੇ ਟੱਬਰ ਨੇ ਮੈਨੂੰ ਦੁਖੀ ਕੀਤਾ ਹੋਇਆ, ਮੇਰੇ ਸਾਰੇ ਕੱਪੜੇ ਉਧਰਲੇ ਘਰ ਆ, ਤੇ ਹੁਣ ਮੈਂ ਫੇਰ ਇਹੀ ਪੁਰਾਣਾ ਸਵੈਟਰ ਪਾ ਕੇ ਆ ਗਿਆ। ਭਾਈ ਆ, ਤੁਸੀਂ ਉਧਰਲੇ ਘਰ ਜਾਓਗੇ ਤੇ ਲਿਆਈਓ ਹੈ ਕੱਪੜੇ ਮੇਰੇ 2-4। ਮੈਂ ਤੁਹਾਨੂੰ ਕੱਲ ਵੀ ਕਿਹਾ ਸੀਗਾ ਮੁਕੇਸ਼ ਭਾਈ, ਤੁਸੀਂ ਏਦਾਂ ਕਰਦੇ ਹੋ ਗਲਤ ਯਾਰ। ਸੋ 2 ਦਿਨ ਬਾਅਦ ਉਧਰ ਹੀ ਸ਼ਿਫਟ ਹੋਏ ਨਾ, ਭਾਵੇਂ ਕੱਪੜੇ ਲਿਆਉਣ ਦੀ ਲੋੜ ਹੀ ਨਹੀਂ। ਸੋ ਗਾਇਸ ਅੱਜ ਮੈਂ ਇੱਕ ਅਨੋਖੀ ਚੀਜ਼ ਕਰਨ ਲੱਗਾ ਵਾ, ਲਾਈਕ ਮੈਂ ਯੂਟਿਊਬ ਤੇ ਵੀਡੀਓ ਦੇਖਦਾ ਰਹਿੰਦਾ ਸਭ ਦੀ, ਤੇ ਉਸ ਦੇ ਵਿੱਚ ਲੋਕਾਂ ਦੇ ਲਾਈਕ ਵੀ ਬਹੁਤ ਆਉਂਦੇ ਆ, ਵਿਊ ਵੀ ਬਹੁਤ ਆਉਂਦੇ, ਮੈਂ ਇੱਕ ਚੀਜ਼ ਕਰਨ ਲੱਗਾ ਵਾ। ਤੁਹਾਨੂੰ ਸਾਰਿਆਂ ਨੂੰ ਰਾਮ ਜੀ ਦੀ ਕਸਮ, ਵੀਡੀਓ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਕਰਦੇ ਆ ਨਾ ਤਾਂ ਮੈਂ ਭਰਾਵਾ ਕੱਲ ਵੀਡੀਓ ਦੇਖਦਾ ਪਿਆ, ਮੈਨੂੰ ਵੀਡੀਓ ਇੰਨੀ ਕੁ ਫੁੱਦੂ ਲੱਗੀ ਨਾ, ਮੈਂ ਸਕਿਪ ਕੀਤੀ। ਸੁਣੋ ਮੈਂ ਸਕਿਪ ਕੀਤੀ, ਕਹਿੰਦਾ ਆਪਕੋ ਅਗਰ ਆਪ ਆਪਣੀ ਮਾਂ ਸੇ 1% ਵੀ ਦੁਨੀਆ ਮੇ ਪਿਆਰ ਕਰਤੇ ਤੋ ਵੀਡੀਓ ਕੋ ਲਾਈਕ ਕਰਕੇ ਜਾਣਾ। ਮੈਨੂੰ ਲਾਈਕ ਕਰਨੀ ਵੀ ਭਾਈ, ਠੀਕ ਹੈ? ਨਹੀਂ ਉਹ ਦੂਜੀ ਗੱਲ ਇਹ ਭਾਈ ਯਾਰ, ਜਿੱਦਾਂ ਕੋਈ ਵੀ ਰੀਲ ਹੋਏਗੀ ਨਾ, ਭਾਵੇਂ ਇੰਸਟਾਗ੍ਰਾਮ ਤੇ ਲਾ ਲਓ, ਭਾਵੇਂ ਯੂਟਿਊਬ ਤੇ, ਭਾਵੇਂ ਕਿਸੇ ਵੀ ਚੈਨਲ, ਫੇਸਬੁੱਕ ਤੇ ਵੀ ਅੱਜ ਕੱਲ ਪਾਉਂਦੇ ਪਏ ਲੋਕ, ਇੱਕ ਪਾਸੇ ਰੱਬ ਦੀ ਫੋਟੋ ਲਾਈ ਹੁੰਦੀ ਹੈ ਤੇ ਇੱਕ ਪਾਸੇ ਜੋ ਵੀ ਮਤਲਬ ਸੱਚੇ ਦਿਲੋਂ ਮਤਲਬ ਮੰਦਾ ਵਾ ਰੱਬ ਦਾ ਵਾ, ਉਹਦੇ 3 ਦਿਨਾਂ ਬਾਅਦ ਉਹਦੇ ਘਰ ਦੇ ਵਿੱਚ ਖੁਸ਼ਖਬਰੀ ਆਊਗੀ ਨਾ, ਇਹ ਬੜੀ ਆ ਗਈ ਯਾਰ ਜੀ ਯਾਰ। ਉਹ ਗਾਇਸ ਤੁਹਾਨੂੰ ਰਾਧਾ ਕ੍ਰਿਸ਼ਨ ਜੀ ਦੀ ਕਸਮ ਲੱਗੇ, ਤੁਹਾਨੂੰ ਸਾਡੇ ਪਰਿਵਾਰ ਦੀ ਕਸਮ ਲੱਗੇ, ਗਾਇਸ ਤੁਹਾਨੂੰ ਰਾਮ ਜੀ ਦੀ ਕਸਮ ਲੱਗੇ, ਵੀਡੀਓ ਨੂੰ ਲਾਈਕ ਕਰਕੇ ਜਾਈਓ ਯਾਰ। ਹੁਣ ਮੈਂ ਬੜਾ ਬੜਾ ਵਲੌਗ ਐਡਿਟ ਕਰ ਲਾ, ਫਿਰ ਤੁਹਾਨੂੰ ਮਿਲਦਾ। ਫਾਈਨਲੀ ਨਾਨੀ ਮੰਮਾ ਅੰਸ਼ੂ ਸਾਰੇ ਜਣੇ ਆ ਚੁੱਕੇ, ਗੁਫ਼ਤਗੂ ਹੋ ਰਹੀ ਹੈ ਕਿਸ ਚੀਜ਼ ਦੇ ਉੱਤੇ? ਚਾਰੇ ਪਾਸੇ ਪਾਵੇ ਆ ਨਾ ਉਹਦੇ, ਐਡੇ ਐਡੇ ਮੋਟੀ ਪਾਈ, ਲੋਹੇ ਦੀਆਂ ਬਸ, ਠੀਕ ਹੈ, ਜਿਹੜੀਆਂ ਬਾਈਆਂ ਜਿਹੜੀਆਂ ਉਹ ਵੀ ਲੋਹੇ ਦੀਆਂ। ਅੱਛਾ, ਡਰਾਈ 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 ਕੋਈ ਆਉਣ ਲੱਗਾ, ਕੋਈ ਆਉਣ ਲੱਗਾ, ਮੈਂ ਨਹੀਂ ਡਰਦਾ। ਫੁੱਦੂ ਭੂਤ ਮਿੰਟੂ ਵੀ ਕਹਿੰਦਾ ਲੈਣਾ, ਆਯੋ ਬਾਈ ਆਯੋ, ਸੋਰੀ ਯਾਰ ਮੈਂ ਉਧਰਲੀ ਸਾਈਡ ਨੇ ਨੁੱਕਰ ਚ ਡਰਨਗੇ ਭਾਜੀ, ਕੰਟੈਂਟ ਬਰੋ, ਆਜੋ ਭਾਈ ਆਜੋ ਭਾਈ।
ਕਿਆ ਯਾਰ ਤੇ ਕਿੰਨੇ ਫੁੱਦੂ ਹੋਇਆ ਸਾਰੇ ਜਣੇ ਸਾਰੇ ਇੱਕੋ ਜਿਹੇ ਆ ਆਇਓ ਬਈ ਆਇਓ ਠੀਕ ਮਾਰ ਕੇ ਭੱਜ ਆ ਕੇ ਓਏ ਕੁਰ ਲੱਡੂ ਅੱਛਾ ਪਾਵੇ ਕੀ ਮੰਜੇ ਕੀ ਉਹ ਮੰਜਾ ਪਲਾਸਟਿਕ ਦੀ ਰੱਸੀਆਂ ਦੇ ਗੁਣੇ ਮਿਲਦੇ ਆ ਅੱਛਾ ਮੰਜਾ ਹੈ ਵੀ ਕਾਫੀ ਖੁੱਲੇ ਕਾਫੀ ਵੱਡੇ ਖੁੱਲੇ ਬਸ ਦੋ ਜਣੇ ਦੇ ਸੌਣ ਤੱਕ ਜਿਹੜੇ ਨਾ ਮੰਜੇ ਨੂੰ ਤਬਾਹ ਕਰ ਦੋ ਸੋ ਕੇ ਐਕਟਿਵਾ ਚੱਕ ਕੇ ਫਿਰ ਐਕਟਿਵਾ ਮਾਰਕੀਟ ਚ ਘੁੰਮ ਕੇ ਸਾਰੇ ਸਾਰਿਆਂ ਨੂੰ ਵੱਖਰੇ ਵੱਖਰੇ ਰੇਟ ਪੁੱਛ ਕੇ ਫਿਰ ਲਦਾ ਕੇ ਤੇ ਫਿਰ ਬੱਬੀ ਕਹਿੰਦੀ ਫੋਨ ਆ ਕਹਿੰਦੀ ਮੈਂ ਸ਼ਾਮ ਦਾ ਤੁਹਾਨੂੰ ਪੇਟੀ ਜਿਹੜੀ ਨਾ ਬਹੁਤ ਵਧੀਆ ਪੁਰਾਣੀ ਪੇਟੀ ਬਹੁਤ ਵਧੀਆ ਪੁਰਾਣੀ ਪੇਟੀ ਉਹ ਤੁਹਾਨੂੰ ਸ਼ਾਮ ਲੈ ਬਿਸ਼ੂ ਤੂੰ ਹੋਰ ਚੁੱਕ ਕੇ ਪਿੱਛੇ ਮਾਰੀ ਮੈਂ ਦੱਸਦਾ ਵਾ ਸੋ ਗਾਇਜ਼ ਇੱਕ ਨਵਾਂ ਚੈਨਲ ਹੋਰ ਬਣ ਗਿਆ ਵਾ ਸਾਡੀ ਫੈਮਿਲੀ ਤੇ ਚੈਨਲ ਦਾ ਨਾਮ ਹੈਗਾ ਵਾ ਦੇਵਰਾਨੀ ਵਰਸਿਸ ਨਹੀਂ ਹੈਗਾ ਔਰ ਜੇਠਾਨੀ ਬੀ ਐਸ ਕਿਉਂ ਲਿਖਣਾ ਲੜਾਈਓ ਲੱਗੀ ਹੈ ਥਪੜਨ ਥਪੜੀ ਹੋਣਾ ਉੱਚ ਐ ਵੀ ਭਾਬੀ ਮਾਰ ਦੇਗੀ ਨਹੀਂ ਹੁੰਦਾ ਜ਼ਰੂਰ ਅੱਛਾ ਇਹ ਵਰਡ ਲੜਾਈ ਵਾਸਤੇ ਹੁੰਦਾ ਤੁਹਾਨੂੰ ਜਵਾਬ ਹਾਂ ਲੜਾਈ ਵਾਸਤੇ ਹੀ ਹੁੰਦਾ ਮੰਮੀ ਨਹੀਂ ਦੇਵਰਾਨੀ ਵਰਸਿਸ ਛਾਣੀ ਉੱਥੇ ਲੜਾਈ ਵਾਸਤੇ ਮਤਲਬ ਉਹਨਾਂ ਦਾ ਇਕੱਠੇ ਰਹਿਣ ਦਾ ਸਿਸਟਮ ਹੈ ਮਤਲਬ ਇਹ ਥੋੜੀ ਕਿ ਵਿੱਚ ਦੀ ਲੜਾਈ ਨਹੀਂ ਮੰਮੀ ਦੇਵਰਾਨੀ ਔਰ ਜੇਠਾਨੀ ਉੱਧਰ ਦੇਖੋ ਉੱਧਰ ਦੇਖੋ ਮੇਰੇ ਮੂੰਹ ਤੇ ਥੱਪੜ ਮੈਂ ਤਾਂ ਵੀ ਪੰਜ ਵਲੋਗ ਹੀ ਐਡਿਟ ਕਰ ਰਹੇ ਜਾਂ ਫਿਰ ਮੈਂ ਆਪਣਾ ਹੀ ਕਰਨਾ ਵਾ ਗੱਲ ਐਡਿਟ ਫਿਰ ਤਾਂ ਮੈਨੂੰ ਥੱਪੜ ਮਾਰੋ ਭਾਵੇਂ ਜੁੱਤੀਆਂ ਮਾਰੋ ਸਿਰ ਗੰਜਾ ਕਰ ਦੋ ਮੇਰਾ ਬੋਲ ਬੋਲ ਕੇ ਖੱਪ ਪਈ ਇੰਚੀ ਪੇ ਪੇ ਲਾਈ ਹੋਈ ਹੈ ਸਾਰੇ ਨੇ ਮਿਲਦਾ ਯਾਰ ਤਾਂ ਨੈਕਸਟ ਵੀਡੀਓ ਦੇ ਲੋਕ ਨਏ ਹੋ ਤੋ ਸਬਸਕ੍ਰਾਈਬ ਕਰੋ ਉਹ ਜੋ ਲਾਲ ਵਾਲਾ ਬਟਨ ਹੈ ਉਸ ਪੇ ਫੂਟ ਫੇਕ ਕੇ ਮਾਰੋ ਜਾਂ ਫਿਰ ਮੋਮਬੱਤੀ ਮੈਨੂੰ ਨਹੀਂ ਪਤਾ ਬਸ ਕਲਿੱਕ ਹੋ ਜਾਣਾ ਚਾਹੀਏ ਅਬ ਮੈਂ ਵੀ ਜਾ ਰਹਾ ਹੂੰ ਮੈਨੂੰ ਪੈਸੋ ਕੇ ਪੀਛੇ ਭਾਗਨਾ ਹੈ ਬਾਏ